ਸਵੱਛ ਭਾਰਤ ਅਭਿਆਨ ਤਹਿਤ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਫਤਿਹਗੜ੍ਹ ਚੂੜੀਆਂ ਵਿਖੇ ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਨਗਰ ਕੌਂਸਲ ਨੂੰ 37,50,000 ਦੇ ਕਰੀਬ ਟਾਟਾ ਏਸ ਗੱਡੀਆਂ ਸਪੁਰਦ ਕਰਕੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਕਿ ਸ਼ਹਿਰ ਦਾ ਕੂੜਾ ਲੈ ਕੇ ਹੁਣ ਡੰਪ ਤੱਕ ਪਹੁੰਚਣਗੀਆਂ। ਆਓ ਜਾਣੋ ਦਿਵਿਆ ਪੰਜਾਬ ਨਾਲ ਗੱਲਬਾਤ ਦੌਰਾਨ ਕੀ ਕਿਹਾ ਬਲਬੀਰ ਸਿੰਘ ਪੰਨੂ ਅਤੇ ਨਗਰ ਕੌਂਸਲ ਦੇ ਈਓ ਭੁਪਿੰਦਰ ਸਿੰਘ ਦਾਲਮ ਨੇ। ਸਿਟੀ ਨਗਰ ਕੌਂਸਲ ਦੇ ਵਿੱਚ ਤਕਰੀਬਨ 37,50,000 ਦੀ ਕੀਮਤ ਦੇ ਨਾਲ 5 ਗੱਡੀਆਂ ਛੋਟੀਆਂ, ਜੋ ਸ਼ਹਿਰ ਨੂੰ ਬੜੀ ਮੁਸ਼ਕਲ ਆ ਰਹੀ ਸੀ ਕਚਰੇ ਦੀ ਸਾਂਭ ਸੰਭਾਲ ਵਾਸਤੇ, ਕਿਉਂਕਿ ਕਚਰਾ ਕਾਫੀ ਗਿੱਲਾ ਰਸੁੱਕਾ, ਸ਼ਹਿਰ ਦੇ ਵਿੱਚ ਛੋਟੀਆਂ ਗਲੀਆਂ ਨੇ, ਬੜੀ ਮੁਸ਼ਕਲ ਆਉਂਦੀ ਸੀ। ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਦਾ, CM ਸਾਹਿਬ ਦਾ ਅਤੇ ਸਾਰੇ ਜਿੰਨੇ ਵੀ ਨਗਰ ਕੌਂਸਲ ਦੇ ਸਾਡੇ ਸਟਾਫ ਨੇ, EO ਸਾਹਿਬ, ਇਹਨਾਂ ਨੇ ਡਿਮਾਂਡ ਭੇਜੀ ਸੀ ਅਤੇ ਸਰਕਾਰ ਨੇ ਇਹਨਾਂ ਦੀ ਡਿਮਾਂਡ ਨੂੰ ਪ੍ਰਵਾਨ ਕਰਦਿਆਂ ਹੋਇਆਂ 5 ਗੱਡੀਆਂ ਦਿੱਤੀਆਂ ਨੇ। ਗੱਡੀਆਂ ਦੇ ਵਿੱਚ ਬਹੁਤ ਵਧੀਆ ਸਿਸਟਮ, ਮੈਡੀਕਲ ਖਾਨੇ ਬਣੇ ਨੇ, ਗਿੱਲਾ ਕਚਰਾ ਅਲੱਗ, ਸੁੱਕਾ ਅਲੱਗ, ਤਾਂ ਜੋ ਸਾਡੇ ਨਗਰ ਕੌਂਸਲ ਦੇ ਜਿੰਨੇ ਵੀ ਸਾਡੇ ਸਫਾਈ ਸੇਵਕ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਸੀ। ਕਚਰਾ ਲੈਣ ਜਾਂਦੇ ਸੀ, ਇਕੱਠਾ ਹੀ ਕਚਰਾ ਉਹਨਾਂ ਨੂੰ ਇੱਕ ਜਗ੍ਹਾ ਇਕੱਠਾ ਕਰਨਾ ਪੈਂਦਾ ਸੀ। ਇਸ ਕਰਕੇ ਉਹਨਾਂ ਦੀ ਸੁਵਿਧਾ ਵਾਸਤੇ ਵੀ ਔਰ ਸ਼ਹਿਰ ਦੀ ਸਾਫ਼ ਸਫਾਈ ਵਾਸਤੇ ਵੀ, ਸ਼ਹਿਰ ਵਾਸੀਆਂ ਵਾਸਤੇ ਵੀ, ਜਿੰਨੇ ਵੀ ਸਾਡੀ ਇੱਥੋਂ ਦੇ ਵੀਰ ਦੁਕਾਨਦਾਰ ਨੇ, ਜ਼ਿਆਦਾਤਰ ਦੁਕਾਨਦਾਰਾਂ ਨਾਲ ਸੰਬੰਧਿਤ ਨੇ, ਔਰ ਸ਼ਹਿਰ ਦੇ ਵਿੱਚ ਕਾਫੀ ਵੱਡੀ ਮਾਰਕੀਟ ਹੈ, ਮਾਰਕੀਟ ਹੋਣ ਦਾ ਕਰਕੇ ਸ਼ਹਿਰ ਦੇ ਵਿੱਚ ਕਾਫੀ ਬਹੁਤ ਜ਼ਿਆਦਾ ਖਰੀਦੋ ਖਰਾਦੀ ਸਮਾਨ ਖਰੀਦਦੀ ਹੈ ਸੰਗਤ, ਅਤੇ ਕਚਰਾ ਬਹੁਤ ਜ਼ਿਆਦਾ ਹੁੰਦਾ ਸ਼ਹਿਰ ਦੇ ਵਿੱਚ। ਸਰਕਾਰ ਨੇ ਇੱਥੋਂ ਦੀ ਸਾਡੀ ਫਤਿਹਗੜ੍ਹ ਚੂੜੀਆਂ ਦੀ ਡਿਮਾਂਡ ਨੂੰ ਪ੍ਰਵਾਨ ਕੀਤਾ ਹੈ, ਔਰ 5 ਗੱਡੀਆਂ ਤਕਰੀਬਨ 25 ਜੋ ਆਟੋ ਰਿਸ਼ਕੇ ਛੋਟੇ, ਉਹਨਾਂ ਵੀ EO ਸਾਹਿਬ ਨੇ ਡਿਮਾਂਡ ਬਣਾ ਕੇ ਭੇਜ ਦਿੱਤੀ ਹੈ, ਥੋੜ੍ਹੇ ਸਮੇਂ ਤੱਕ ਉਹ ਵੀ ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਨੂੰ ਮਿਲ ਜਾਣਗੇ। ਮੈਂ ਸ਼ਹਿਰ ਵਾਸੀਆਂ ਨੂੰ, ਸਾਰਿਆਂ ਨੂੰ ਤੁਹਾਡੇ ਚੈਨਲਾਂ ਦੇ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ, ਅਸੀਂ ਰਲ ਮਿਲ ਕੇ ਫਤਿਹਗੜ੍ਹ ਚੂੜੀਆਂ ਨੂੰ ਹੱਸਦਾ ਵੱਸਦਾ ਅਤੇ ਸੋਹਣਾ ਇੱਕ ਸ਼ਹਿਰ ਬਣਾਉਣਾ, ਤਾਂ ਜੋ ਫਤਿਹਗੜ੍ਹ ਦਾ ਨਾਂ, ਤਕਰੀਬਨ ਸਾਰੇ ਅਸੀਂ ਜਾਣਦੇ ਹਾਂ ਫਤਿਹਗੜ੍ਹ ਚੂੜੀਆਂ ਦਾ ਨਾਂ ਕਿੱਦਾਂ ਪਿਆ, ਬੜੀ ਲੰਮੀ ਕਹਾਣੀ ਹੈ, ਬਹੁਤ ਲੰਮੀ ਕਹਾਣੀ ਹੈ ਫਤਿਹਗੜ੍ਹ ਚੂੜੀਆਂ ਦੇ ਨਾਲ ਜੁੜੀ। ਇਸ ਕਰਕੇ ਮੈਂ ਫਤਿਹਗੜ੍ਹ ਚੂੜੀਆਂ ਵਾਸੀਆਂ ਨੂੰ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ, ਇੱਕ ਵਧੀਆ ਰੁਤਬੇ ਵਾਲਾ ਸ਼ਹਿਰ ਸਾਡਾ ਫਤਿਹਗੜ੍ਹ, ਫਤਿਹ, ਸਾਡਾ ਸ਼ਹਿਰ ਫਤਿਹ ਦੇ ਨਾਲ ਨਾਂ ਜੁੜਿਆ ਹੋਇਆ। ਇਸ ਕਰਕੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ, ਜਿਤੇ ਵੀ ਕਿਤੇ ਗਲੀ ਦੇ ਵਿੱਚ ਕਚਰਾ ਜਾਂ ਕੋਈ ਵੀ ਸਿਸਟਮ ਹੈ, ਉਹਨੂੰ ਤੁਸੀਂ ਨਗਰ ਕੌਂਸਲ ਦਾ, ਨਗਰ ਕੌਂਸਲ ਦੇ ਮੁਲਾਜ਼ਮਾਂ ਦਾ, ਜਿੰਨੇ ਵੀ ਵੀਰ ਕੋਈ ਸਾਡੇ ਸਫਾਈ ਸੇਵਕ ਆਉਂਦੇ ਨੇ, ਉਹਨਾਂ ਦਾ ਸਾਥ ਦੇਣਾ, ਤਾਂ ਜੋ ਸ਼ਹਿਰ ਦੇ ਵਿੱਚ ਕੋਈ ਇੱਦਾਂ ਦੀ ਨਾਮਾਰਕ ਬਿਮਾਰੀ ਨਾ ਆ ਸਕੇ, ਕਿਸੇ ਵੀ ਬਿਮਾਰੀ ਨਾਲ ਸਾਡਾ ਕੋਈ ਪਰਿਵਾਰ ਦਾ ਜੀ ਨਾ ਚੁੱਲੇ, ਤਾਂ ਜੋ ਅਸੀਂ ਸਾਫ਼ ਸਫਾਈ ਰੱਖਾਂਗੇ, ਸਾਡਾ ਸ਼ਹਿਰ ਇੱਕ ਵਧੀਆ ਤੰਦਰੁਸਤ ਅਤੇ ਵਧੀਆ ਸ਼ਹਿਰ ਹੋਵੇਗਾ। ਇਸ ਕਰਕੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ, ਔਰ ਫਤਿਹਗੜ੍ਹ ਸ਼ਹਿਰ ਨੂੰ, ਜਿੰਨੇ ਵੀ ਸਾਡੇ ਫਤਿਹਗੜ੍ਹ ਦੇ ਸ਼ਹਿਰ ਦੇ ਵਾਸੀ ਨੇ, ਕਿਉਂਕਿ ਪਿੰਡਾਂ ਦਾ ਵੀ ਕਾਫੀ ਯੋਗਦਾਨ ਹੈ ਸ਼ਹਿਰ ਦੇ ਵਿੱਚ, ਜਿੰਨੇ ਵੀ ਖਰੀਦੋ ਖਰਾਦੀ ਲਾਗੇ ਜਾਗੇ ਦੇ 30-40 ਪਿੰਡ ਇੱਥੇ ਕਰਦੇ ਨੇ, ਸਾਰਿਆਂ ਨੂੰ ਮੈਂ ਆਪਣੇ ਵੱਲੋਂ, ਸਾਰੀ ਆਪਣੀ ਟੀਮ ਵੱਲੋਂ ਮੈਂ ਵਧਾਈ ਵੀ ਦਿੰਦਾ, ਔਰ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਸ਼ਹਿਰ ਫਤਿਹਗੜ੍ਹ ਚੂੜੀਆਂ ਵੱਲੋਂ, ਸਾਰੇ ਸਟਾਫ ਵੱਲੋਂ, ਔਰ ਜਿੰਨੇ ਵੀ ਫਤਿਹਗੜ੍ਹ ਚੂੜੀਆਂ ਦੇ ਅਲੱਗ ਅਲੱਗ ਪਿੰਡ ਵੱਸਦੇ, ਉਹਨਾਂ ਦਾ ਮੈਂ, ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਵੀ ਸਾਡੀ ਮੰਗ ਨੂੰ ਦੇਖਦੇ ਆ, ਸਾਡੇ ਸ਼ਹਿਰ ਦੇ ਵਿੱਚ, ਸਾਡੇ ਸ਼ਹਿਰ ਦੀ ਗੰਦਗੀ ਨੂੰ ਦੂਰ ਕਰਨ ਲਈ ਆਸਾਨ ਤਰੀਕੇ ਨਾਲ ਤਕਰੀਬਨ 5 ਗੱਡੀਆਂ ਸਾਨੂੰ ਭੇਜੀਆਂ ਨੇ, ਔਰ ਸਾਨੂੰ ਆਸ ਹੈ ਸ਼ਹਿਰ ਦੇ ਵਿੱਚ ਹੋਰ ਵੀ ਕਈ ਬਹੁਤ ਮੁਸ਼ਕਲਾਂ ਨੇ, ਕਿਉਂਕਿ 75 ਸਾਲਾਂ ਦੇ ਵਿੱਚ ਮੈਂ, ਜਿੰਨੀ ਕੁ ਮੇਰੀ 45 ਸਾਲ ਦੀ ਏਜ ਹੈ, 75 ਸਾਲਾਂ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ, ਅੱਜ ਜੋ ਸਿਸਟਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਲਾਇਆ, ਨਾ ਤਾਂ ਕਦੀ ਕਿਸੇ ਨੇ ਸੋਚਿਆ ਸੀ
ਅਤੇ ਨਾ ਹੀ ਕਦੀ ਕੁਛ ਹੋ ਸਕਦਾ। ਇਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਸੀਂ ਸਾਰੇ ਫਤਿਹਗੜ੍ਹ ਚੂੜੀਆਂ ਵਾਸੀ, ਇਲਾਕਾ ਵਾਸੀ, ਸ਼ਹਿਰ ਵਾਸੀ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਸ਼ਹਿਰ ਨੂੰ ਹੱਸਦਾ ਵੱਸਦਾ ਰੰਗਲਾ ਸੋਹਣਾ ਸ਼ਹਿਰ ਬਣਾਉਣ ਵਾਸਤੇ ਉਹਨਾਂ ਨੇ ਸਾਡਾ ਬਹੁਤ ਵੱਡਾ ਉਪਰਾਲਾ ਕੀਤਾ। ਉਹ ਨਾਲ ਨਾਲ ਮੈਂ ਆਸ ਵੀ ਕਰਦਾ ਕਿ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਬਹੁਤ ਬਹੁਤ ਵੱਡੇ ਪ੍ਰੋਜੈਕਟ ਆਉਣਗੇ ਤਾਂ ਜੋ ਸਾਡੇ ਸ਼ਹਿਰ ਦੇ ਲੋਕਾਂ ਦੇ ਦਿੱਤੇ ਹੋਏ ਟੈਕਸ ਦੇ ਪੈਸੇ, ਖਾਸ ਤੌਰ 'ਤੇ ਬਿਜ਼ਨਸਮੈਨ ਕਾਫੀ ਨੇ, ਕਾਫੀ ਦੁਕਾਨਦਾਰ ਨੇ, ਪੰਕਜ ਪਾਂਧੀ ਦਿਵਿਆ ਪੰਜਾਬ ਟੀਵੀ ਫਤਿਹਗੜ੍ਹ ਚੂੜੀਆਂ, ਉਹਨਾਂ ਦੇ ਦਿੱਤੇ ਹੋਏ ਪੈਸੇ ਤੋਂ ਸ਼ਹਿਰ ਦੇ ਵਿੱਚ ਹੋਰ ਵੀ ਕਾਫੀ ਬਹੁਤ ਬਹੁਤ ਵੱਡੇ ਪ੍ਰੋਜੈਕਟ ਆਉਣਗੇ ਜਿਨ੍ਹਾਂ ਦਾ ਆਨੰਦ ਸਾਡੇ ਸ਼ਹਿਰ ਵਾਸੀ ਮਾਣ ਸਕਣਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਸਰ ਇੱਕ ਸਟਰੀਟ ਲਾਈਟਾਂ ਦਾ ਮਸਲਾ ਜਨਾਰ ਰੋਡ 'ਤੇ ਨਾ ਘੱਟੋ ਘੱਟ 6 ਮਹੀਨੇ ਚੱਲ ਪਈਆਂ, ਸਟਰੀਟ ਦਾ ਟੈਂਡਰ ਰੁਕਾਇਆ, ਟੈਂਡਰ ਥੋੜ੍ਹੇ ਦਿਨ ਕੀ ਮੈਨੂੰ ਲੱਗਦਾ ਕੰਮ ਚੱਲ ਪਏ ਥੋੜ੍ਹੇ ਦਿਨਾਂ ਤੱਕ, ਕਿਉਂਕਿ ਮੈਂ ਦੇਖੋ ਕੋਲ ਕਾਸਵਾਸੀ ਵੀ ਆਉਂਦੇ ਆ ਕੇ ਕਈ ਹਾਲਤਾਂ ਵੀ ਕਰਦੇ ਨੇ ਉੱਥੇ, ਇੱਦਾਂ ਉੱਥੇ ਬੜਾ ਕੁਝ ਦੇਖਣ ਦਾ। ਥੋੜ੍ਹੇ ਦਿਨ ਸਾਡਾ ਮੁਲਾਜ਼ਮ ਬੜੀ ਕੋਈ ਹਾਦਸੇ ਨਾ ਦੇਖਿਆ ਹੋਵੇਗਾ, ਕੰਮ ਕਰ ਰਿਹਾ ਸੀ ਸਾਡਾ ਹਾਈਵੇਟ ਸੀ, ਕੰਮ ਕਰ ਰਹੇ ਹਾ ਕਾਰਨ ਬੜਾ ਨੁਕਸਾਨ ਹੋਇਆ, ਮੈਂ ਉਹਦਾ ਵੀ ਦੁੱਖ ਹੈ ਅਤੇ ਮੈਂ ਸੰਗਤ ਨੂੰ ਸ਼ਹਿਰ ਦਾ ਵੀ ਮੇਰੇ ਉਹ ਮੇਰੀ ਉਹ ਭੈਣ ਉਹ ਮੇਰੇ ਕੋਲ ਕਿਸੇ ਵੀ ਕੰਮ ਤੁਸੀਂ ਕਰਨਾ, ਕਿਸੇ ਭਾਰਤੀ ਮਗ ਨਹੀਂ ਲੱਗਣਾ, ਤੁਹਾਨੂੰ ਇਹ ਕੰਮ ਕਿਸੇ ਪਾਸੇ ਵਾਂਝਿਆ ਨਹੀਂ ਰੱਖਣਾ। ਕੁਛ ਰਾਤੀ ਅਸੀਂ ਨੇ ਸ਼ਹਿਰ ਦੇ ਵਿੱਚ ਤਾਂ ਕਰਦੇ ਨੇ ਤਾਂ ਮੌਜੂਦ ਥੋੜ੍ਹੇ ਤੱਕ ਟੈਂਡਰ ਹੋਰ ਚੁੱਕਣਾ ਵਾਰਡਾਂ ਦਾ 30 ਰੁਪਈਏ ਦਾ ਟੈਂਡਰ, ਵਾਰਡਾਂ ਦਾ ਲੱਖ ਲੱਖ ਲਾਈਟਾਂ ਸੀਟ ਲੱਗ ਚੁੱਕੜੇ ਦਿਨਾਂ ਦਾ 1 ਲੱਖ ਰੁਪਏ ਦੀ ਜ਼ਰੂਰਤ ਹੋਊਗੀ, ਕਿਸੇ ਨਾ ਕੋਈ ਉਪਾਦ ਕੀਤੇ ਤੋਂ ਜ਼ਰੂਰਤ ਹੋਏਗੀ। ਮੈਂ ਵੀ ਕੀਤੀ ਉਸ ਅਤੇ ਅੱਧੇ ਟਾਈਮ ਕਿਤੇ ਸਰਵੇ ਕੀਤਾ ਜੋ ਪਤਾ ਲੱਗ ਲਾਈਟ ਦੀ ਕਿੱਥੇ ਕਿੱਦਾਂ, 13 ਵਾਰਡਾਂ ਦੇ ਵਿੱਚ ਰੱਖਦਾ ਜਲਦੀ ਲੱਗ ਜਾਣਗੀਆਂ ਤੁਹਾਡੀ। ਬਹੁਤ ਬਹੁਤ ਧੰਨਵਾਦ। ਵਿਖੇ ਸਰਦਾਰ ਬਿਲਡਿੰਗ ਜੀ ਪਨ ਮੌਜੂਦਾ ਚੇਅਰਮੈਨ ਨੇ, ਉਹਨਾਂ ਨੇ ਅੱਜ ਸਾਡੇ ਨਗਰ ਕੋਲ ਜਿਹੜੀਆਂ 5 ਠੋਸ ਪ੍ਰਣਾਲੀ ਮਿਲੀਆਂ ਉਹਦਾ ਉਦਘਾਟਨ ਹੈ, ਬਹੁਤ ਖੁਸ਼ਹਾਲ ਹੋਈ ਹੈ, ਸਿਆਸੀਆਂ ਲਈ ਵੀ ਖੁਸ਼ੀ ਦੀ ਗੱਲ ਹੈ। ਇਹ ਸਵੱਛ ਭਾਰਤ ਤਹਿਤ ਸਥਾਨਕਾਰਾਂ ਸਾਨੂੰ ਜਿਹੜੇ ਇਹ ਉਪਰਾਲ ਲਈ ਕਿ ਗਿੱਲਾ ਔਕਾ ਜਿਹੜਾ ਆ ਉਹ ਅਲੱਗ ਕਾਰਾਂ 'ਚ ਦਿੱਤੀਆਂ ਸ਼ਹਿਰ ਵਾਸੀਆਂ ਨੀਲ, ਅਤੇ ਹੁਣੋਂ ਵੀ ਸਾਡਾ ਕੂੜੇ ਲਈ ਜਦੋਂ ਕੂੜੇ ਲਈ ਤੁਹਾਡੇ ਕੋਲ ਆਵੇ ਉਹਨੂੰ ਗਿੱਲਾ ਅਤੇ ਸੂੜਾ ਜਿਹੜਾ ਅਲੱਗ ਕਰਤਾ ਹੈ, ਤਾਂ ਜੋ ਸਵੱਛ ਭਾਰਤ ਮਿਸ਼ਨ ਅਤੇ ਨਗਰ ਫਤਿਹ ਚੂੜੀਆਂ ਜਿਹੜਾ ਦੇਖਣ ਹੋਣ ਡਿਆ ਹੈ ਉਹਦੇ ਪਹਿਲੇ ਨੰਬਰ 'ਤੇ ਆ ਸਕੇ। ਜਿਹੜੇ ਰਿਕਸ਼ਾ ਜਿਹੜਾ ਸਾਨੂੰ ਮਿਲਣ ਡਿਆ 13 ਦੇ ਵਿੱਚ 2-2 ਹੋ ਵੀਵਾਂਗੇ, ਇਸ ਨਾਲ ਜਿਹੜੀ ਇੱਕ ਰਾਤੀ ਆ ਉਹ ਸਾਡੇ 800 ਦੇ ਘਰ ਕਰੀਬ ਉਹ ਕਿਹੜਾ 2000 ਕਰੀਬ ਕਰੀਬ ਤੋਂ ਅਸੀਂ ਗਿੱਲਾ ਕਾ ਕੂੜਾ ਜਿਹੜਾ ਅਲੱਗ ਰੱਖਾਂਗੇ, ਤਾਂ ਕਿ ਠੋਸ ਪ੍ਰਬੰਧ ਆ ਉਹ ਵਧੀਆ ਤਰੀਕੇ ਹੋ ਸਕੇ। ਥੈਂਕ ਯੂ। ਪੰਕਜ ਪਾਂਧੀ ਦਿਵਿਆ ਪੰਜਾਬ ਟੀਵੀ ਫਤਿਹਗੜ੍ਹ ਚੂੜੀਆਂ।